ਜਦੋਂ ਮੈਂ ਇੱਥੇ ਆਇਆ ਮੇਰੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਵੀ ਮੈਨੂੰ ਇਹ ਝੰਡਿਆਂ ਦੇ ਵਿੱਚ 600 ਕਿਸਾਨ ਲਿਪਟੇ ਦਿਖਿਆ ਇੱਕ ਮੈਨੂੰ ਸਮਝ ਨਹੀਂ ਆ ਰਹੀ ਵੀ ਭਾਜਪਾ ਦਿਖਾਉਣਾ ਕੀ ਚਾਹੁੰਦੀ ਹੈ ਜਾਂ ਤੇ ਤਿਰੰਗੇ ਨੂੰ ਇੱਥੇ ਨੀਵਾ ਦਿਖਾ ਰਹੇ ਨੇ 15 ਅਗਸਤ ਦੇ ਉੱਪਰ ਰਾਜਨੀਤੀ ਕਰਨਗੇ ਭਾਜਪਾ ਦਾ ਝੰਡਾ ਲਾਉਣਗੇ ਤਾਂ ਅਸੀਂ ਇਹ ਉਤਰਵਾਵਾਂਗੇ ਇਹੀ 10 ਦਿਨ ਭਾਜਪਾ ਵੀ ਇਹਦੀ ਕੁਰਬਾਨੀ ਕੀ ਆ ਭਾਜਪਾ ਦੀ ਝੰਡੇ ਦੀ ਕੁਰਬਾਨੀ ਕੀ ਆ ਆਜ਼ਾਦੀ ਦਿਹਾੜਾ ਮਨਾਉਣ 'ਚ ਹਲੇ 2 ਦਿਨ ਬਾਕੀ ਨੇ 15 ਅਗਸਤ ਐਤਵਾਰ ਵਾਲੇ ਦਿਨ 인ਡੀਪੈਂਡੈਂਟ ਦੇ ਆਜ਼ਾਦੀ ਦਿਹਾੜਾ ਹੈ ਆਜ਼ਾਦੀ ਦਿਹਾੜੇ ਤੇ ਤਿਰੰਗਾ ਝੰਡਾ ਦੇਸ਼ ਦਾ ਜਿਹੜਾ ਨੈਸ਼ਨਲ ਫਲੈਗ ਹੈ ਉਹ ਤਾਂ ਸਮਝ ਆਉਂਦਾ ਹੈ ਲੇਕਿਨ ਆ ਬੀਜੇਪੀ ਦਾ ਡਰਾਮਾ ਸਮਝ ਨਹੀਂ ਆਉਂਦਾ ਬੀਜੇਪੀ ਯਾਨੀ ਭਾਰਤੀ ਜਨਤਾ ਪਾਰਟੀ ਇਹਨਾਂ ਨੇ ਵਿਸ਼ਕਰਮਾ ਚੌਂਕ ਦੇ ਵਿੱਚ ਆਪਣੇ ਬੀਜੇਪੀ ਦੇ ਝੰਡੇ ਲਾਏ ਆ ਬੰਦਾ ਪੁੱਛਣਾ ਨਾ ਹੋਵੇ ਤੁਸੀਂ ਬੀਜੇਪੀ ਦੇ ਝੰਡੇ ਕਿਹੜੇ ਮੂਹ ਨੂੰ ਲਾਏ ਆ ਤੇ ਕੀ ਸੋਚ ਕੇ ਲਾਏ ਆ ਕਿਉਂਕਿ 15 ਅਗਸਤ ਆਜ਼ਾਦੀ ਦਿਵਸ ਹੁੰਦਾ ਹੈ 인ਡੀਪੈਂਡੈਂਸ ਡੇ ਹੁੰਦਾ ਹੈ ਇਸ ਦਿਨ ਤਿਰੰਗਾ ਝੰਡਾ ਤਾਂ ਸਮਝ ਆਉਂਦਾ ਹੈ ਲੇਕਿਨ ਬੀਜੇਪੀ ਦਾ ਫਿਰ ਦੁਬਾਰਾ ਦੱਸ ਦਿੰਨੇ ਆ ਝੰਡੇ ਲਾਉਣ ਵਾਲਾ ਇਹ ਡਰਾਮਾ ਹਲੇ ਵੀ ਸਮਝ ਨਹੀਂ ਆ ਰਿਹਾ ਇਹ ਗੱਲ ਹਲੇ ਵੀ ਦਿਮਾਗ 'ਚ ਨਹੀਂ ਪੈ ਰਹੀ ਕਿ ਬੀਜੇਪੀ ਦੇ ਝੰਡੇ ਪੰਜਾਬ 'ਚ ਫਿਲਹਾਲ ਲਾਉਣ ਦਾ ਮਤਲਬ ਕੀ ਬਣਦਾ ਉਂ ਵੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਈ ਸਰਕਾਰ ਹੈ ਕਾਂਗਰਸ ਦੀ ਹੈ ਤੇ ਜੇ ਆਪਾਂ ਗੱਲ ਕਰਦੇ ਆ 15 ਅਗਸਤ ਦੇ ਮੌਕੇ ਤੇ ਬਿਲਕੁਲ ਉਸ ਤੋਂ 2 ਦਿਨ ਪਹਿਲਾਂ ਐਦਾ ਬੀਜੇਪੀ ਦੇ ਝੰਡੇ ਲਾਣੇ ਜਿਹੜੇ ਕੀ ਹੁਣ ਤੱਕ ਸਾਨੂੰ ਆਪਣੇ ਆਪ ਨੂੰ ਸਾਰਥਕ ਹੁੰਦੇ ਨਜ਼ਰ ਨਹੀਂ ਆ ਰਹੇ ਸੋ ਇਸ ਮੌਕੇ ਤੇ ਹੋਰ ਵੀ ਕਈ ਕਿਸਾਨ ਵੀ ਰਾਏ ਨੇ ਤੁਹਾਨੂੰ ਪਹਿਲਾਂ ਦੱਸ ਦਿੰਦੇ ਆ ਕਿ ਬਿਲਕੁਲ ਇਹ ਜਿਹੜਾ ਥਾਣਾ ਵਾ ਥਾਣੇ ਦੇ ਬਿਲਕੁਲ ਕੋਲ ਇਹ ਝੰਡੇ ਲਾਏ ਗਏ ਆ ਤੇ ਹੈਰਾਨ ਆ ਕਿ ਪੁਲਿਸ ਵਾਲੇ ਨੇ ਵੀ ਪਹਿਲਾਂ ਇਹਨਾਂ ਤੇ আপত্তি ਕਿਉਂ ਨਹੀਂ ਜਤਾਈ ਉਹਨਾਂ ਨੇ ਇਹਨਾਂ ਨੂੰ ਮਨਾ ਕਿਉਂ ਨਹੀਂ ਦਿੱਤਾ ਕਿਉਂਕਿ 15 ਅਗਸਤ ਤੇ ਤਿਰੰਗਾ ਝੰਡਾ ਸਮਝ ਆਉਂਦਾ ਹੈ ਬੀਜੇਪੀ ਦਾ ਝੰਡਾ ਲਾਉਣਾ ਇਹ ਫਿਰ ਦੁਬਾਰਾ ਮੈਂ ਦੱਸ ਦਿੰਦਾ ਕਿ ਸਮਝ ਨਹੀਂ ਆਉਂਦਾ ਕਿਉਂਕਿ ਬੀਜੇਪੀ ਮੈਜਿਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਇੱਕ ਮਹਿਜ ਪੋਲਿਟਿਕਲ ਪਾਰਟੀ ਹੈ ਰਾਜਨੀਤਿਕ ਪਾਰਟੀ ਹੈ ਤੇ ਰਾਜਨੀਤਿਕ ਪਾਰਟੀ ਦਾ ਇਸ ਤਰ੍ਹਾਂ ਉਸ ਸੂਬੇ ਜਾ ਕੇ ਉਸ ਸਟੇਟ ਜਾ ਕੇ ਝੰਡੇ ਲਾਉਣਾ ਜਿੱਥੇ ਵੈਸੀ ਵੀ ਸਰਕਾਰ ਕਾਂਗਰਸ ਦੀ ਹੈ ਆਪਣੇ ਬੀਜੇਪੀ ਦੇ ਝੰਡੇ ਲਾ ਰਹੇ ਆ ਫਿਰ ਦੱਸ ਦਿੰਦੇ ਆ ਕਿ 15 ਅਗਸਤ ਤੋਂ 2 ਦਿਨ ਪਹਿਲਾਂ ਬਿਲਕੁਲ ਇਹ ਝੰਡੇ ਲੱਗੇ ਆ ਇੱਕ ਥਾਣੇ ਦੇ ਕੋਲ ਵੱਡੇ ਚੌਂਕ 'ਚ ਝੰਡੇ ਲੱਗੇ ਆ ਬੀਜੇਪੀ ਦੇ ਜਦ ਕੀ ਜਿਹੜੇ ਕਿਸਾਨ ਵੀਰ ਨੇ ਉਹ ਇੱਥੇ ਆਏ ਆ ਆਪਣੇ ਹੱਥਾਂ 'ਚ ਕਿਸਾਨੀ ਝੰਡੇ ਲੈ ਕੇ ਕਿਸਾਨ ਵੀਰ ਆਏ ਆ ਤੇ ਕਿਸਾਨੀ ਝੰਡਿਆਂ ਦੇ ਨਾਲ-ਨਾਲ ਬੜੀ ਖੂਬਸੂਰਤ ਤਸਵੀਰ ਹੈ ਤਿਰੰਗਾ ਝੰਡਾ ਆਪਣੇ ਦੇਸ਼ ਦਾ ਦੇਸ਼ ਨੂੰ ਨਤਮਸਤਕ ਹੁੰਦੇ ਹੋਏ ਆ ਕਿਸਾਨੀ ਦੇ ਨਾਲ-ਨਾਲ ਜੇ ਕਹਿ ਦਿੰਨੇ ਆ ਜੈ ਜਵਾਨ ਜੈ ਕਿਸਾਨ ਠੀਕ ਹੈ ਜੈ ਦੇਸ਼ ਵੀ ਕਹਿ ਦਿੰਨੇ ਆ ਸੋ ਤਿਰੰਗਾ ਝੰਡੇ ਦੇਖ ਸਕਦੇ ਹੋ ਕਿਸਾਨਾਂ ਦੇ ਹੱਥ ਵਿੱਚ ਠੀਕ ਹੈ ਨਾਲ ਕਿਸਾਨੀ ਝੰਡੇ ਦੇਖ ਸਕਦੇ ਹੋ ਫਿਰ ਦੁਬਾਰਾ ਦੱਸ ਦਿੰਦੇ ਆ ਕਿ ਬੀਜੇਪੀ ਦਾ ਇਹ ਡਰਾਮਾ ਬੀਜੇਪੀ ਦੇ ਝੰਡੇ ਲਾਉਣਾ ਹਲੇ ਵੀ ਸਾਨੂੰ ਸਮਝ ਨਹੀਂ ਆ ਰਿਹਾ ਗੱਲ ਕਰਦੇ ਆ ਜੋ ਮੌਕੇ ਤੇ ਕਿਸਾਨ ਵੀ ਰਾਏ ਹੋਏ ਨੇ ਸੋ ਸ੍ਰੀ ਕਾਲ ਜੀ ਕੀ ਮਾਮਲਾ ਸਰ ਆ ਸਰ ਮੈਂ तकरीबन 1 ਘੰਟਾ ਪਹਿਲਾਂ ਇਹ ਚੌਂਕ ਦੇ ਵਿੱਚੋਂ ਨਿਕਲੇ ਦਰਾਹੇ ਤੋਂ ਆ ਰਿਹਾ ਸੀ ਮੈਂ ਭਾਰਤੀ ਕਿਸਾਨ ਜੀ ਨੂੰ ਸਿੱਧੂਪੁਰ ਨਾਲੋਂ ਆਪਣਾ ਰਿਲੇਟਿਵ ਹੈ ਜਦੋਂ ਮੈਂ ਇੱਥੇ ਆਇਆ ਮੇਰੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਵੀ ਮੈਨੂੰ ਇਹ ਝੰਡਿਆਂ ਦੇ ਵਿੱਚ 600 ਕਿਸਾਨ ਲਿਪਟੇ ਦਿਖਿਆ ਜਿਹੜਾ ਦਿੱਲੀ ਬਾਰਡਰ ਦੇ ਉੱਪਰ ਮਰ ਗਿਆ ਉਹਨਾਂ ਦੇ ਵਿੱਚ 15 ਲੈ ਸਾਲ ਤੋਂ ਲੈ ਕੇ 80 90 ਸਾਲ ਦੇ ਬਜ਼ੁਰਗ ਵੀ ਨੇ ਇੱਕ ਮੈਨੂੰ ਸਮਝ ਨਹੀਂ ਆ ਰਹੀ ਵੀ ਭਾਜਪਾ ਦਿਖਾਉਣਾ ਕੀ ਚਾਹੁੰਦੀ ਹੈ ਜਾਂ ਤੇ ਤਿਰੰਗੇ ਨੂੰ ਇੱਥੇ ਨੀਵਾ ਦਿਖਾ ਰਹੇ ਨੇ ਇੱਥੇ ਤਿਰੰਗੇ ਝੰਡੇ ਲਾਉਂਦੇ ਭਾਜਪਾ ਵਾਲੇ ਲਾਉਂਦੇ ਸਾਨੂੰ ਕੋਈ ਦਿੱਕਤ ਨਹੀਂ ਸੀ ਅਸੀਂ ਸਾਥ ਦਿੰਦੇ ਯਾਰ ਅਸੀਂ ਚਾਹੇ ਅਸੀਂ ਉਹਨਾਂ ਦੇ ਵਿਰੋਧੀ ਆ ਅਸੀਂ ਭਾਜਪਾ ਦਾ ਸਾਥ ਦਿੰਦੇ ਜਿੱਥੇ ਤਿਰੰਗਾ ਝੰਡਾ ਲਾਉਂਦੇ ਪਰ ਇਹ ਆਪਣਾ ਇਹਦਾ ਮਤਲਬ ਤੁਸੀਂ ਆਪਾ ਸੁਣਦੇ ਆ ਰਹੇ ਹੁਣ ਤੱਕ ਆਪਣਾ ਜਿਵੇਂ ਜੈਪੁਰ ਨੇ ਹਾਈ ਕੋਰਟ ਦੇ ਉੱਪਰ ਭਗਵਾ ਝੰਡਾ ਲਹਿਰਾਇਆ ਸਾਨੂੰ ਕੋਈ ਇਸ ਤਰ ਤਰੰਗੇ ਝੰਡੇ ਨੇ ਜਿੰਨੇ ਮਰਜੀ ਲਾ ਲੈਣ ਬੀਜੇਪੀ ਜਿੰਨੇ ਮਰਜੀ ਲਾਏ ਅਸੀਂ ਇਹਨਾਂ ਦੇ ਨਾਲ ਖੜੇ ਆ ਪਰ ਜੇ ਇਹ 15 ਅਗਸਤ ਦੇ ਉੱਪਰ ਰਾਜਨੀਤੀ ਕਰਨਗੇ ਬੀਜੇਪੀ ਦਾ ਝੰਡਾ ਲਾਉਣਗੇ ਤਾਂ ਅਸੀਂ ਇਹ ਉਤਰਵਾਵਾਂਗੇ ਬਿਲਕੁਲ ਠੀਕ ਹੈ ਸੋ ਹੋਰ ਵੀ ਕੋਈ ਵੀਰ ਕੁਝ ਕਹਿਣਾ ਚਾਹੁੰਦਾ ਹਾਂਜੀ ਸਿੰਘ ਸਾਹਿਬ ਤੁਸੀਂ ਕਹਿਣਾ ਚਾਹੁੰਦੇ ਬਤਾਓ ਸਰ ਇੱਕ ਤਾਂ ਇਹੀ ਦੱਸ ਦਿੰਨ ਬੀਜੇਪੀ ਵੀ ਇਹਦੀ ਕੁਰਬਾਨੀ ਕੀ ਆ ਬੀਜੇਪੀ ਦੀ ਝੰਡੇ ਦੀ ਕੁਰਬਾਨੀ ਕੀ ਆ ਜਿਹੜੀ ਕੁਰਬਾਨੀ ਆ ਜੇ ਕੁਰਬਾਨੀਆਂ ਤੇ ਲਾ ਲੈਣ ਪਰ ਇਹ 15 ਅਗਸਤ ਤੇ ਝੰਡਾ ਇਹਨਾਂ ਨੂੰ ਤਿਰੰਗਾ ਹੀ ਲਾਉਣਾ ਚਾਹੀਦਾ ਤੇ ਇਹ ਆਪਣੀ ਹੁਣ ਇਹਨਾਂ ਦੀ ਰੈਲੀਆਂ ਤਾਂ ਹੋ ਨਹੀਂ ਰਹੀਆਂ ਇਹ ਕਹਿੰਦੇ ਅਸੀਂ ਬਹਾਨੇ ਨਾਲ ਚੱਲ ਝੰਡੇ ਹੀ ਲਾ ਲਈਏ ਹੋਰ ਨਹੀਂ ਕੁਛ ਹੈਗਾ ਪਰ ਅਸੀਂ ਇਹ ਝੰਡੇ ਤਰਵਾ ਕੇ ਜਾਵਾਂਗੇ ਜੀ ਅਸੀਂ ਇਦਾਂ ਨਹੀਂ ਜਾਂਦੇ ਠੀਕ ਸੋ ਇੱਕ ਹੋਰ ਕਿਸਾਨ ਵੀਰ ਕੋਲ ਨੇ ਹਾਂਜੀ ਬਾਈ ਜੀ ਇਹੀ ਸਾਡੇ ਕਹਿਣਾ ਜੀ ਬਸ ਇਹ ਭਰਾਵਾਂ ਨੂੰ ਜੰਗ ਨਾ ਕਰਾਉਣ ਸਾਡੇ ਇਹ ਵੀ ਭਰਾ ਨੇ ਪਰ ਇਹ ਪਾਰਟੀਆਂ ਦੇ ਚੱਕੇ ਚ ਗਾਏ ਹੋਏ ਨੇ ਕਿਸੇ ਲੀਡਰ ਦੱਸੋ ਕਿ ਸਟੈਂਡ ਆਜੋ ਬੀਜੇਪੀ ਚ ਕੱਲ ਨੂੰ ਕਾਂਗਰਸ ਚ ਆਪਾਂ ਉਹਨਾਂ ਪਿੱਛੇ ਲੱਗ ਕੇ ਆਪਾਂ ਭਰਾਵਾਂ ਨੂੰ ਜੰਗ ਕਰ ਰਹੇ ਆਂ ਆਪਾਂ ਇਸ ਕਰਕੇ ਇਹਨੂੰ ਲਾਉਣਾ ਚਾਹੀਦਾ ਵਾ ਤਿਰੰਗਾ ਝੰਡਾ ਲਾਉਣ ਠੀਕ ਹੈ ਨਾ 15 ਅ ਠੀਕ ਹਨ ਸੰਤਰਾ ਦੇਵਸਤ ਆਸੀਂ ਨਾਲ ਮਨਾਵਾਂਗੇ ਇਹਨਦੇ ਪਰ ਆ ਕੰਮ ਨਹੀਂ ਹੋਣ ਦਾ ਮਾੜਾ ਕੰਮ ਕਰ ਰਹੇ ਨੇ ਗਲਤ ਕੰਮ ਕਰ ਰਹੇ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੋ ਬੜੀ ਸੋਹਣੀ ਤਸਵੀਰ ਹੈ ਕਿਸਾਨੀ ਝੰਡੇ ਤੇ ਨਾਲ ਇੰਡੀਆ ਦਾ ਝੰਡਾ ਇੰਡੀਆ ਦਾ ਨੈਸ਼ਨਲ ਫਲੈਗ ਕਿਸਾਨਾਂ ਦੇ ਹੱਥ ਵਿੱਚ ਜੇ ਅੱਧੇ ਕਿਸਾਨੀ ਝੰਡੇ ਹੈ ਤਾਂ ਨਾਲ ਦੇ ਨਾਲ ਅੱਧੇ ਨੈਸ਼ਨਲ ਫਲੈਗ ਸਾਡੇ ਦੇਸ਼ ਦਾ ਭਾਰਤ ਦਾ ਇੰਡੀਆ ਦਾ ਤਿਰੰਗਾ ਝੰਡਾ ਵੀ ਹੈ ਪਰ ਮਾਮਲਾ ਫੇਰ ਉਹੀ ਹੈ ਕਿ ਤਿਰੰਗੇ ਝੰਡੇ ਨੇ ਕਿਸਾਨੀ ਝੰਡੇ ਨੇ ਇਹ ਤਾਂ ਸਮਝ ਆਉਂਦੇ ਨੇ ਬਖੂਬੀ ਸਮਝ ਆਉਂਦੇ ਨੇ ਲੇਕਿਨ ਜਿਹੜੇ ਆ ਬੀਜੇਪੀ ਵਾਲਿਆਂ ਦੇ ਝੰਡੇ ਲੱਗੇ ਹੋਏ ਆ ਇਹ ਬਿਲਕੁਲ ਵੀ ਸਮਝ ਨਹੀਂ ਆਉਂਦੇ ਜਿਹੜੇ ਕੁਝ ਦਿਨ ਪਹਿਲਾਂ ਜਾਂ ਪਤਾ ਨਹੀਂ ਕੁਝ ਘੰਟੇ ਪਹਿਲਾਂ ਇੱਥੇ ਲਾਏ ਗਏ ਆ ਬਿਲਕੁਲ ਆਜ਼ਾਦੀ ਦਿਹਾੜੇ ਤੋਂ 2 ਦਿਨ ਪਹਿਲਾਂ ਕੀ ਇਹ ਕੋਈ ਬੀਜੇਪੀ ਦੀ ਮਾਹੌਲ ਖਰਾਬ ਕਰਨ ਦੀ ਚਾਲ ਹੈ ਜਾਂ ਭਰਾ ਨੂੰ ਭਰਾ ਦੇ ਨਾਲ ਲੜਾਉਣ ਦੀ ਚਾਲ ਹੈ ਜਾਂ ਕੀ ਚਾਲ ਹੈ ਇਹ ਬੀਜੇਪੀ ਜਾਂ ਸੰਘ ਪਰਿਵਾਰ ਇਹਨਾਂ ਨੂੰ ਹੀ ਪਤਾ ਹੋਊਗਾ ਤੁਹਾਨੂੰ ਫੇਰ ਦੁਬਾਰਾ ਦਿਖਾ ਦਿੰਨੇ ਆ ਕਿ ਲੁਧਿਆਣੇ ਦੀ ਇੱਕ ਮੇਨ ਰੋਡ ਹੈ ਇੱਕ ਪ੍ਰਮੁੱਖ ਮੇਨ ਰੋਡ ਹੈ ਲੁਧਿਆਣੇ ਦੀ ਤੇ ਦੇਖ ਸਕਦੇ ਹੋ ਕਿ ਮੇਨ ਚੌਂਕ ਹੈ ਮੇਨ ਚੌਂਕ ਤੇ ਕਿਸ ਤਰ੍ਹਾਂ 10 12 ਝੰਡੇ ਬੀਜੇਪੀ ਵਾਲੇ ਲਾ ਕੇ ਗਏ ਆ ਹੈ ਹੈਰਾਨੀ ਹੁੰਦੀ ਹੈ ਕਿ ਸੂਬੇ ਦੇ ਵਿੱਚ ਸਰਕਾਰ ਹੋਵੇ ਕਾਂਗਰਸ ਦੀ ਤੇ ਫਿਰ ਵੀ ਬੀਜੇਪੀ ਵਾਲੇ ਆ ਕੇ ਆਜ਼ਾਦੀ ਦਿਵਸ ਤੋਂ ਪਹਿਲਾਂ ਝੰਡੇ ਲਾਉਂਦੇ ਪਏ ਆ ਜਾਂ ਰੱਬ ਜਾਣੇ ਕੀ ਸਾਬਤ ਕਰਨਾ ਚਾਹੁੰਦੇ ਆ ਜੇ ਇਹੀ ਜੇ ਕਿਸਾਨ ਵੀਰ ਵੀ ਕਹਿੰਦੇ ਆ ਕਿ ਭਾਵੇਂ ਬੀਜੇਪੀ ਵਾਲੇ ਹੋਣ ਹਰੇਕ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ ਅਟੈਚ ਹੁੰਦਾ ਹੈ ਲੇਕਿਨ ਜੇ ਉਹੀ ਬੀਜੇਪੀ ਵਾਲੇ ਆ ਕੇ ਇੰਡੀਆ ਦਾ ਫਲੈਗ ਤਿਰੰਗਾ ਝੰਡਾ ਲਾ ਕੇ ਜਾਂਦੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ 15 ਅਗਸਤ ਦੇ ਮੌਕੇ ਤੇ ਤਾਂ ਗੱਲ ਕਿਤਨਾ ਕਿਤੇ ਸਮਝ ਵੀ ਆਉਂਦੀ ਹੈ ਲੇਕਿਨ ਇਸ ਤਰ੍ਹਾਂ ਨਾ ਸਰਕਾਰ ਹੈ ਨਾ ਕੋਈ ਦਿਲ ਚ ਦੇਸ਼ ਵਾਸਤੇ ਪਿਆਰ ਹੈ ਜਿਸ ਤਰ੍ਹਾਂ ਬੜੀ ਸੋਹਣੀ ਐਗਜ਼ੈਂਪਲ ਦੇ ਕੇ ਹਟੇ ਆ ਕਿ ਕਿਸੇ ਜੈਪੁਰ ਕੰਨੀ ਕਿਸੇ ਕੋਟ ਦੇ ਉੱਪਰ ਵੀ ਉਥੇ ਭਗਵੇਂ ਝੰਡੇ ਲੱਗੇ ਹੋਏ ਆ ਜਿੰਨੂੰ ਲੈ ਕੇ ਕਿਸਾਨਾਂ ਚ ਰੋਸ਼ ਹੈ ਕਿ ਕਿਸਾਨ ਫਿਰ ਕਹਿ ਰਹੇ ਆ ਕਿ ਕਿਸਾਨੀ ਝੰਡੇ ਦੇ ਨਾਲ ਨਾਲ ਜੇ ਦਿਲ ਚ ਪਿਆਰ ਹੈ ਤਾਂ ਉਹ ਹੈ ਆਪਣੇ ਭਾਰਤ ਵਾਸਤੇ ਆਪਣੇ ਦੇਸ਼ ਵਾਸਤੇ ਤਿਰੰਗਾ ਚੰਡੇ ਵਾਸਤੇ ਨਾ ਕਿ ਬੀਜੇਪੀ ਦੇ ਡਰਾਮਿਆਂ ਵਾਸਤੇ ਕੈਮਰਾਮੈਨ ਨੀਲ ਕਮਲ ਮੋਨੂ ਦੇ ਨਾਲ ਨਫ ਪ੍ਰੀਤ ਸਿੰਘ 베ਦੀ ਦਾ ਸਮਰ نیوز ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ ਇੰਸਟਾਗ੍ਰਾਮ ਨੂੰ ਫੋਲੋ ਕਰਨਾ ਨਾ ਭੁੱਲੋ